ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਪਹੁੰਚੇ ਹਾਂ ਪਿੰਡ ਮਾਣੇ। ਮਾਣੇ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਦਾ ਪਿੰਡ। ਵੀਰ ਨਿਸ਼ਾਨ ਸਿੰਘ ਹੁਣਾਂ ਦੇ ਘਰ ਆਏ ਹਾਂ ਦੋਸਤੋ। ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ, ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸਮੇਂ ਦੇ ਨਾਲ। ਅੱਜ ਇਸ ਕਵਰੇਜ ਵਿੱਚ ਟੋਟਲ 3 ਪਸ਼ੂ ਦਿਖਾਉਣੇ ਆ, 3 ਵੈੜਾਂ ਨੇ। ਇੱਕ ਵੈੜ ਬਿਲਕੁਲ ਤਾਜ਼ੀ ਸੂਈ ਸਵਾਈ ਆ ਅਤੇ 2 ਗੱਬਣ ਤਿਆਰੀ 'ਤੇ ਨੇ। ਇੱਕ ਜਿਹੜੀ ਵੈੜ ਦੋਸਤੋ ਤੁਹਾਨੂੰ ਦਿਖਾਵਾਂਗੇ ਆਪਾਂ ਲਾਸਟ ਦੇ ਵਿੱਚ, ਇਹ ਪੂਰੀ ਤਿਆਰੀ 'ਤੇ ਆ ਅਤੇ ਇੱਕ ਵੈੜ ਹਜੇ ਦਿਨ ਲੈਂਦੀ ਆ। ਬਾਕੀ ਸਮਾਂ ਕਿੰਨਾ ਕੁ ਹਜੇ ਪਿਆ ਸੌਣ ਦੇ ਵਿੱਚ, ਉਹ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ। ਅੱਜ 23 ਫਰਵਰੀ ਆ ਦੋਸਤੋ, ਅਤੇ ਸਮਾਂ ਕੋਈ ਦੁਪਹਿਰ ਦੇ 1:15 ਦਾ ਹੈਗਾ, ਠੀਕ ਹੈ ਜੀ। ਅਤੇ ਵੈੜ ਤੁਹਾਨੂੰ ਦਿਖਾਵਾਂਗੇ, ਜਿਹੜੀ ਸੂਈ ਸਫਾਈ ਹੁੰਦੀ ਆ 5-10 ਧਾਰਾਂ ਮਾਰ ਕੇ ਜਿਹੜੀ ਤਸੱਲੀ ਆ ਉਹ ਨਾਲ ਦੀ ਨਾਲ ਕਰਵਾ ਦਾਂਗੇ, ਤਾਂ ਜੋ ਕਿਸੇ ਵੀਰ ਨੇ ਸੌਦਾ ਕਰਨਾ ਅਤੇ ਈਜ਼ੀਲੀ ਤੁਸੀਂ ਸੌਦਾ ਕਰ ਸਕੋ। ਅਤੇ ਇਹ ਟੋਟਲ ਜਿਹੜੇ 3 ਨਗ ਦਿਖਾਉਣੇ ਆ ਤੁਹਾਨੂੰ, ਅਤੇ ਖਾਸ ਵਿਜ਼ਿਟ ਤੁਸੀਂ ਪਿੰਡ ਮਾਣੇ ਕਰਨੀ ਆ, ਨੇੜੇ ਪਿੰਡ ਮੱਲੀਆਂ ਅਤੇ ਸੁਰ ਸਿੰਘ ਤੋਂ ਦੂਰੀ ਕੋਈ 2.5-3 ਕਿਲੋਮੀਟਰ ਦੀ ਹੈਗੀ ਆ। ਭਿੱਖੀ ਪਿੰਡ ਤੋਂ ਕੋਈ 8-9 ਕਿਲੋਮੀਟਰ ਦੀ ਦੂਰੀ ਆ ਪਿੰਡ ਮਾਣੇ ਦੀ। ਆਓ ਲੈਂਦੇ ਹਾਂ ਵਧੇਰੇ ਡਿਟੇਲ ਵੀਰ ਨਿਸ਼ਾਨ ਦੇ ਨਾਲ ਗੱਲਬਾਤ ਕਰਕੇ। ਸਭ ਤੋਂ ਪਹਿਲਾਂ ਵੀਰ ਨਿਸ਼ਾਨ, ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਮਹਾਰਾਜ? ਹਾਂਜੀ, ਵਧੀਆ ਵਧੀਆ, ਤੁਸੀਂ ਸੁਣਾਓ ਜੀ? ਬਹੁਤ ਵਧੀਆ। ਨਿਸ਼ਾਨ ਭਾਈ, ਕਿਵੇਂ ਪਸ਼ੂ ਉਦਣ ਵੇਖ ਗਏ ਸੀਗੇ? ਹਾਂਜੀ ਵੀਰੇ, ਵੇਖ ਗਏ ਸੀ ਜੀ। ਠੀਕ ਹੈ ਜੀ, ਅਤੇ ਅੱਜ ਫਿਰ 3 ਪਸ਼ੂ ਆਪਣੇ ਕੋਲ ਹਾਜ਼ਰ? 3 ਵੈੜਾਂ ਵੀਰ ਜੀ ਆਪਣੇ ਤੋਂ ਅੱਜ। ਵੈੜਾਂ ਚੰਗੀਆਂ ਨੇ? ਹਾਂਜੀ। ਠੀਕ, ਇੱਕ ਸੂਈ ਆ, 2 ਤਿਆਰੀ ਵਾਲੀਆਂ ਨੇ? ਹਾਂਜੀ, ਇੱਕ ਸੂਈ ਆ ਵੀਰ ਜੀ, ਇੱਕ ਬਿਲਕੁਲ ਤਿਆਰ ਆ ਵੈੜ ਪਹਿਲਣ, ਅਤੇ ਇੱਕ ਥੋੜ੍ਹੇ ਦਿਨ ਖੜਦੀ ਹੈ ਵੀਰੇ। ਠੀਕ ਹੈ ਜੀ। ਹਾਂਜੀ ਠੀਕ ਹੈ ਭਰਾ। ਨਿਸ਼ਾਨ, ਜਿਹੜੀ ਪਹਿਲੇ ਨੰਬਰ 'ਤੇ ਇਹ ਵੈੜ ਸੂਈ ਆ, ਹਾਂਜੀ ਵੀਰੇ, ਭਾਂਡਾ ਭੁੰਡਾ ਚੰਗਾ ਹੈ ਇਹ ਵੀਰੇ? ਰਾਤੀ ਸੂਈ ਆ ਆਪਣੇ ਤੋਂ। ਅੱਛਾ ਜੀ। ਇਹ 3:00 ਕਰੀਬ ਸੂਈ ਸੀ ਅਤੇ 6:00 ਇਹਨੇ ਯੋਰ ਯਾਰ ਪਾਤੀ ਸੀ ਆਪਣੀ ਸਾਰੀ। ਠੀਕ ਹੈ ਜੀ। ਅਤੇ ਇਹ ਆਪਾਂ ਫਿਰ ਪਿੱਛੇ ਇਹਦੇ ਵੱਛਾ ਸੀ ਜੀ, ਅਤੇ ਵੱਛੇ ਨੂੰ ਚੰਗਾ ਗਏ, ਕੋਈ 4-5 ਕਿਲੋ ਬੋਲਾ ਚੋਇਆ। ਰਾਤ ਹੀ ਚੋਲਿਆ ਸੀ ਇੱਕ ਵਾਰੀ? ਨਹੀਂ ਵੀਰ ਜੀ, 6 ਤੋਂ ਬਾਅਦ ਚੋਇਆ ਜਿਹੜਾ। ਅੱਜ ਮਾਰਨਿੰਗ? ਹਾਂਜੀ ਮਾਰਨਿੰਗ ਜੀ। ਠੀਕ ਹੈ, ਅਤੇ ਜੇਰ ਜੂਰ ਪ੍ਰੋਪਰ ਮਾਰਨਿੰਗ ਸੁਬਾਹ 9:00 ਪਾਤੀ ਇਹਨੇ? ਇਹਨੇ ਵੀਰ ਜੀ ਮਤਲਬ 6:00 ਹੋਰ ਪਾਤੀ, 3:30 ਚ ਸੂਈ। ਅੱਛਾ ਜੀ। ਹਾਂਜੀ, ਅੱਜ ਮਾਰਨਿੰਗ ਸੁਬਾਹ 3:30? ਹਾਂਜੀ ਹਾਂਜੀ, 3:30 6:00 ਜੇਰ ਪਾਤੀ ਪਾਤੀ ਸੀ ਵੀਰੇ, ਅਤੇ ਮਾਰਨਿੰਗ 6:00 ਤੋਂ ਬਾਅਦ ਜਿਹੜੀ ਚਵਾਈ ਕੋਈ 4-5? ਹਾਂਜੀ, 4-5 ਕਿਲੋ ਕੀਤੀ ਹੈ ਵੀਰੇ। ਠੀਕ ਹੈ, ਚੋਣ ਜਾਣ ਚੋਂ ਥਾਣਾ ਦੇ ਵੀਰ ਜੀ, 1 ਨੰਬਰ ਹੈ ਚਵਾਈ। ਠੀਕ ਹੈ ਜੀ। ਲਓ ਦੋਸਤੋ, ਅੱਜ ਮਾਰਨਿੰਗ ਸੂਈ ਆ, ਤਰੀਕ ਅੱਜ 23 ਫਰਵਰੀ ਆ, ਤੇ ਬਾਕੀ ਠੰਡੀ ਠੁੰਡੀ ਬੜੀ ਵੀਰ ਜੀ, ਤੁਸੀਂ ਵੇਖ ਸਕਦੇ ਜੀ, ਬਿਨਾਂ ਮੰਗੇ ਤੋਂ ਵੀਰ ਜੀ ਚਵਾਈ ਕਰਾਂਗੇ ਜੀ। ਆਰਡਰ ਕੁਆਲਿਟੀ ਕਾਫੀ ਸੋਹਣੀ ਆ, ਫਾੜੀ ਵਾਲਾ ਚੱਡਾ ਆਪਾਂ ਕਹਿ ਦਿੰਦੇ ਹਾਂ ਦੋਸਤੋ, ਠੀਕ ਆ ਜੀ। 2 ਪਾਰਟ ਦੇ ਵਿੱਚ ਕਨਵਰਟ, ਬਾਕੀ ਥਣ ਤੁਹਾਨੂੰ ਬਹੁਤ ਸੋਹਣਾ, ਮੋਟੇ ਗੋਲ ਥਣ ਨੇ, 4 ਥਣਾਂ ਦੀ ਸਪੇਸ ਤੁਹਾਨੂੰ ਵਿਖਾ ਦਾਂਗੇ। ਅਗਲੇ ਪਿਛਲੇ ਥਣਾਂ ਦੀ ਸਪੇਸ ਚੰਗੀ ਹੈਗੀ ਆ, ਮਗਲੇ ਥਣ ਵੀ ਤੁਹਾਨੂੰ ਵੇਖ ਲੱਗੂਗਾ ਥੋੜ੍ਹਾ ਪਤਾ, ਕਿਤੇ ਨਾ ਕਿਤੇ ਹੋ ਸਕਦਾ ਮਾੜੀ ਮੋੜ ਕਿਤੇ ਨਾ ਕਿਤੇ ਭਾਲ ਹੋਵੇ ਹਵਾਨੇ 'ਚ। ਬਾਕੀ ਥਣ ਬਹੁਤ ਸੋਹਣਾ ਕੁਆਲਿਟੀ ਦਾ ਥਣ ਆ, ਹੱਥੀ ਚਵਾਈ ਵਾਲਾ, ਠੀਕ ਆ। ਕੋਈ 4-5 ਕਿਲੋ ਬੋਲੇ ਦੇ ਉੱਤੇ ਚਵਾਈ ਹੋਈ ਆ, ਬਾਕੀ ਚੋਣ ਚਾਣ ਵੀ ਚੰਗਾ ਨਿਕਲਿਆ ਵੀਰ ਨੇ ਦੱਸ ਹੀ ਦਿੱਤਾ। ਹਾਂਜੀ ਵੀਰ ਜੀ। ਅਤੇ ਬਾਕੀ ਨਿਸ਼ਾਨ ਨਿਕਲੀ ਵੈਸੇ ਠੰਡੀ ਧੀਰੀ ਆ। ਹਾਂਜੀ ਹਾਂਜੀ ਵੀਰੇ, ਬਿਨਾਂ ਮੰਗੇ ਤੋਂ ਆਪਾਂ ਧਾਰਾ ਮਾਰਾਂਗੇ ਹੁਣੇ ਤੁਹਾਡੇ ਸਾਹਮਣੇ 'ਤੇ। ਬਿਲਕੁਲ ਜੀ ਬਿਲਕੁਲ। ਅਤੇ ਮਗਰ ਵੱਛਾ ਆ ਗਿਆ? ਹਾਂਜੀ ਮਗਰ ਵੱਛਾ ਵੀਰੇ। ਉਹ ਜੀ ਮਗਰ ਵੱਛੇ ਨੂੰ ਜਨਮ ਦਿੱਤਾ, ਆਹ ਤੁਸੀਂ ਬੱਚਾ ਵੇਖ ਸਕਦੇ ਜੇ, ਠੀਕ ਆ ਜੀ। ਗਿੱਲੇ ਨਾੜੂ 'ਤੇ ਬੱਚਾ ਹੋਊਗਾ, ਆ ਲਓ ਆ ਲਓ ਜੀ। ਵੱਛਾ ਪੂਰਾ ਪਲਿਆ ਅਤੇ ਵੱਛਾ ਦੇ ਗਾਂ ਨੂੰ ਖਿੱਚ ਕੇ ਲੈ ਗਿਆ ਸਾਹਿਬ ਨਾਲ, ਚੰਗਾ ਨਿੱਗਰ ਆ। ਹਾਂਜੀ, ਵੱਛਾ ਪੂਰਾ ਪਲਿਆ। ਅਤੇ ਇਹ ਜਰਸੀ ਜੀ ਆ ਗਈ ਸਾਰੀ? ਹਾਂਜੀ ਹਾਂਜੀ, ਜਰਸੀ ਜੀ ਵੀਰੇ, ਠੀਕ ਹੈ। ਬੋਧੀ ਵਾਲੀ ਬੱਚੀ ਆ ਦੋਸਤੋ, ਬੋਧੀ ਵਾਲੀ ਜਰਸੀ ਦੇ ਵਿੱਚ ਆ, ਕੰਨ ਕੁੰਨ ਉਸੇ ਤਰ੍ਹਾਂ। ਬਾਕੀ ਆਹ ਤੁਹਾਨੂੰ ਦਿਖਾਉਣੇ, ਇੱਕ ਵਾਰੀ ਬਹਿਣੀ ਵਾਲੇ ਪਾਸਿਓਂ ਆਪਾਂ ਥਣ ਲੇਵਾ। ਠੀਕ ਆ, ਸੋ ਥਣ ਕਾਫੀ ਸੋਹਣੇ ਆ, ਲਿਆਓ ਵੀਰ, ਖੋਲ੍ਹ ਕੇ ਤੋਰ ਦਈਏ, ਠੀਕ ਆ। ਵੈੜ ਚੰਗੀ ਆ ਦੋਸਤੋ, ਮਿਲਕਿੰਗ ਤੁਸੀਂ ਆਪ ਜੱਜਮੈਂਟ ਕਰ ਲਿਓ ਵੀ ਕਿੰਨੀ ਕੁ ਇਸ ਵੈੜ ਨੂੰ ਚਵਾਉਣਾ ਚਾਹੀਦਾ ਦੁੱਧ, ਕਿਉਂਕਿ ਥਣ ਭਾਂਡੇ ਤੋਂ ਮੋਸਟਲੀ ਆਪਾਂ ਦੇਖਦੇ ਹਾਂ ਪਤਾ ਲੱਗ ਜਾਂਦਾ ਵੀਰਾਂ। ਅਤੇ ਚੋਣ ਚਾਣ ਵੈਸੇ 1 ਨੰਬਰ ਆ, ਬੋਲੇ ਦੇ ਉੱਤੇ ਹੁਣ ਚੱਲਦੀ ਆ, ਬੋਲੇ 'ਤੇ ਕੋਈ ਵੀਰ ਤਸੱਲੀ ਕਰ ਸਕਦਾ, 2 ਡੰਗ ਚੋ ਕੇ ਚਾਹੇ 1 ਟਾਈਮ ਚੋ ਕੇ ਦੁੱਧ ਅੱਗੇ ਸੇਵਾ ਦਾ। ਬਾਕੀ ਹੈ ਜਿੰਨੀ ਵੀ ਆ ਦੋਸਤੋ, ਚੰਗਾ ਚਗਾਠਾ ਚਗੂਠਾ ਸੋਹਣਾ ਹੈ ਕਰਮ ਵਾਲੀ ਵੈੜ ਦਾ, ਅਤੇ ਹੈ ਨਿੱਗਰ ਆ। ਬਾਕੀ ਸੂਸਵਾ ਦੇ ਵਿੱਚ ਆ ਜਿੰਨੀ ਵੀ ਹੈਗੀ ਆ, ਤੁਸੀਂ ਆ ਵੇਖ ਦਿਓ, ਠੀਕ ਆ ਜੀ।
ਇਹ ਬੱਚੇ ਦਾ ਥੋੜਾ ਜਿਹਾ ਕਰਦੀ ਵੀਰ ਜੀ ਤਾਰ ਕੇ ਤੁਰਨ ਕਰਕੇ ਨਾ ਥੋੜਾ ਜਿਹਾ ਤਾਰ ਕੇ ਸੋਹਣਾ ਆ ਲਓ ਹਾਂ ਤੋੜ ਦਿਓ ਇਹਨੂੰ ਇੱਕ ਦੋ ਕਿਹੜੇ ਲੰਮੀ ਕਰ ਦੇ ਕੋਈ ਨੀ ਇਹ ਨਾ ਬੱਚੇ ਕਰਕੇ ਥੋੜਾ ਵੀਰ ਜੀ ਰਾਜਵੀਰ ਜੀ ਪੈਂਦੀ ਹੈ ਕਾਲੀ ਕੋਈ ਗੱਲ ਨਹੀਂ ਜੇ ਬੱਚਾ ਨਾਲ ਤੋਰਿਆ ਤਾਂ ਫਿਰ ਬਿਲਕੁਲ ਬਿਲਕੁਲ ਤਾਜ਼ੀ ਹਾਂਜੀ ਤਾਜ਼ੀ ਸੁਈ ਹੈ ਮਾੜੀਆਂ ਤਮਾ ਕਰਦੀਆਂ ਪਿੱਛੇ ਨੂੰ ਭੱਜਦੀਆਂ ਨੇ ਹਾਂਜੀ ਬਾਕੀ ਦੋਸਤੋ ਥਣ ਭਾਂਡੇ ਦੀ ਕਾਫੀ ਖੂਬਸੂਰਤ ਆ ਜਿਹੜੇ ਵੀਰ ਨੇ ਪੈਸੇ ਖਰਚ ਕਰਨੇ ਆ ਦੋਸਤੋ ਚੰਗਾ ਪਸ਼ੂ ਤੁਹਾਨੂੰ ਖਰੀਦੋ ਜਿੱਥੋਂ ਵੀ ਮਿਲਦਾ ਆਪਾਂ ਹਰ ਵਾਰੀ ਅਪੀਲ ਕਰਦੇ ਹਾਂ ਵੀ ਚੰਗਾ ਪਸ਼ੂ ਖਰੀਦੋ ਅਤੇ ਨਿਸ਼ਾਨ ਇਹਦਾ ਮੁੱਲ ਕੀ ਰਹੂਗਾ ਕਿੱਥੋਂ ਕਿ ਤੱਕ ਹਾਣਾ ਹੋਊਗੀ ਇਹਦੀ ਵੀਰ ਜੀ ਹਾਣ ਦੇ ਦਾਂਗੇ 65,000 ਦੀ 65,000 ਦੀ ਹਾਂਜੀ ਵਿੱਚੋਂ ਕੋਈ ਲੈਸ ਲੂਸ ਕੋਈ ਨਹੀਂ ਹੋਰ ਕਰਾਂਗੇ ਮਾਣ ਵੀਰ ਜੀ ਠੀਕ ਹੈ ਜੀ 2,000 ਦਾ ਹੋਰ ਕਰ ਦਾਂ 63,000 ਦੀ ਵਸੀ ਛੱਡ ਦਾਂਗੇ ਠੀਕ ਹੈ ਜੀ ਹਾਂਜੀ ਲਓ ਦੋਸਤੋ 65,000 ਡਿਮਾਂਡ ਆ ਚਾਹੇ ਲੈਣ ਦੇਣ ਸਮਝ ਲਿਓ 2,000 ਵਿੱਚੋਂ ਲੈਸਾਂ ਮੌਕੇ 'ਤੇ ਜਿਹੜਾ ਕੋਈ ਖਰੀਦਦਾਰ ਵੀਰ ਆਉਂਦਾ ਦੂਰੋਂ ਨੇੜਿਓਂ ਬਾਕੀ ਚੰਗਾ ਖਰੀਦਦਾਰ ਵੀਰ ਟੱਕਰ ਗਿਆ ਇਹਨੂੰ ਤੇ ਸੋਹਣਾ ਦੁੱਧ ਚਵਾ ਦੇਊਗੀ ਹਾਂਜੀ ਉਮੀਦ ਕਰਦੇ ਆ ਅੱਗੇ ਆ ਗਈ ਸੈਕਿੰਡ ਨੰਬਰ ਤੇ ਆ ਬੱਚੀ ਇਹ ਪਹਿਲਾਂ ਕਿ ਦੂਜੇ ਆ ਜੀ ਇਹ ਵੀਰ ਜੀ ਦੂਜੇ ਸੂਏ ਆ ਪਹਿਲਾਂ ਨਹੀਂ ਹਾਂਜੀ ਇਹਦਾ ਸਮਾਂ ਕਿੰਨਾ ਕੁ ਪਿਆ ਪੁੱਛਿਆ ਕੁਛ ਇਹਦਾ ਵੀਰ ਜੀ ਲਗਭਗ 26 ਤਰੀਕ ਨੂੰ ਦਿਨ ਪੂਰੇ ਹੋਣੇ ਆ 26 ਫਰਵਰੀ ਹਾਂਜੀ ਤੇ ਇਹਦੇ ਢਿੱਲ ਢੁੱਲ ਵੇਖੋ ਵਾਵਾ ਲਿਵਾਨੇ ਦੇ ਵਿੱਚ ਨਾ ਹਾਂਜੀ ਢਿੱਲਾਂ ਢੁੱਲਾ ਵਾਵਾ ਵਾਨਾ ਲਿਓ ਔਰ ਕਰੂਗੀ ਵੀਰ ਜੀ ਤਿਆਰ ਹੈ ਬਾਕੀ ਦੋਸਤੋ ਹਰ ਕੋਈ ਚੀਜ਼ ਰੁੱਤ ਦੇ ਹਿਸਾਬ ਨਾਲ ਆ ਵੇਖੋ ਤੁਸੀਂ ਕਰੋਸ ਅੰਗ ਦੇ ਵਿੱਚ ਬਹਿੜਾ ਨੇ ਠੀਕ ਆ ਅੱਗੇ ਵੱਧਦੇ ਬੰਦੀਆਂ ਇਹ ਹੈਗੀਆਂ ਵੀ ਕਰੋਸ ਅੰਗ ਬਹੁਤੇ ਵੀਰ ਲਾਈਕ ਕਰਦੇ ਪਸੰਦ ਕਰਦੇ ਅੱਗੇ ਖਰੀਦਣੇ ਪਸ਼ੂ ਅਤੇ ਕਰੋਸ ਅੰਗ ਦੇ ਵਿੱਚ ਆ ਵੀ ਜਰਸੀ ਦਾ ਕਰੋਸ ਹੀ ਆ ਅਤੇ ਸੂਆ ਦੂਜਾ ਕੋਈ 2-4 ਦਿਨ ਪੂਰੇ ਹੋਣ ਦੇ ਵਿੱਚ ਬਾਕੀ ਆ ਬਾਕੀ ਸਮਾਂ ਉੱਪਰ ਵੀ ਲੈ ਕੇ ਜਾ ਸਕਦਾ ਪਸ਼ੂ ਠੀਕ ਆ ਜੀ ਅਤੇ ਢਿੱਲਾਂ ਢੁੱਲਾਂ ਬਹੁਤ ਜ਼ਿਆਦੀਆਂ ਨੇ ਲੜਾਂ ਲੁੜਾਂ ਕਾਫੀ ਜ਼ਿਆਦੀਆਂ ਨੇ ਤੁਹਾਨੂੰ ਤਸੱਲੀ ਨਾਲ ਇੱਕ ਵਾਰੀ ਖੋਲ੍ਹਦੇ ਆ ਬਾਅਦ 'ਚ ਤੁਹਾਨੂੰ ਥਣ ਲਿਆ ਇੱਕ ਵਾਰੀ ਤਸੱਲੀ ਨਾਲ ਜ਼ਰੂਰ ਨੇੜਿਓਂ ਦਿਖਾਉਂਦੇ ਆ ਲਿਆਓ ਜੀ ਠੀਕ ਆ ਕੱਦ ਪਹਿਲਾਂ ਵਾਲੀ ਵਿਹੜ ਦਿਖਾਈ ਸੀ ਉਹਦੇ ਨਾਲੋਂ ਥੋੜ੍ਹਾ ਜਿਹਾ ਫਰਕ ਹੈਗਾ 19-21 ਦਾ ਹੀ ਫਰਕ ਹੈ ਬਾਕੀ ਮੀਡੀਅਮ ਹਾਈਟ ਵੀ ਤੁਸੀਂ ਮੰਨ ਕੇ ਸੌਦਾ ਕਰ ਲਿਓ ਇੱਕ ਰੰਗ ਬਿਲਕੁਲ ਬਲੈਕ ਆ ਠੀਕ ਆ ਜੀ ਬਾਕੀ ਲੇਵੇ ਵਾਲੇ ਪਾਸਿਓਂ ਦੋਸਤੋ ਵੱਟ ਕੱਢੂਗੀ ਕਰਮਾਂ ਦੀ ਅਜੇ ਪੂਰੇ ਹਜੇ ਦਿਨਾਂ 'ਤੇ ਆਪਾਂ ਛੱਡ ਦਿੰਦੇ ਹਾਂ ਵੀ ਜਿਵੇਂ ਹਜੇ 2-4 ਦਿਨ ਪਏ ਅਜੇ ਦਿਨ ਪੂਰੇ ਹੋਣ ਦੇ ਵਿੱਚ ਠੰਡੀ ਧੀਰੀ ਵਾਲ ਸੀਲਸ ਲੱਗ ਇੱਕ ਵਾਰੀ ਤੁਹਾਨੂੰ ਬੈਕ ਸਾਈਡ ਤੋਂ ਆਪਾਂ ਦਿਖਾ ਦਈਏ ਹੱਥਾਂ ਨਾਲ ਠੀਕ ਹੈ ਜੀ ਕੋਈ ਸ਼ੂਕਰ ਦੀ ਨਹੀਂ ਹੈਗੀ ਬਿਲਕੁਲ ਠੰਡੀ ਧੀਰੀ ਹੈ ਹਾਂਜੀ ਤੋਰ ਦੀਆਂ ਲੰਮੀ ਕਰ ਦਿਓ ਵੀਰ ਜੀ ਹਾਂਜੀ ਮੋੜ ਦੇ ਬਾਕੀ ਦੋਸਤੋ ਖੁੱਲੂਗੀ ਅਜੇ ਪੂਰਾ ਚੱਡਾ ਚੁੱਡਾ ਸੋਹਣਾ ਬਣਾਊਗੀ ਵੈਸੇ ਢਿੱਲਾ ਢੁੱਲਾ ਤੁਸੀਂ ਨੋਰਮਲ ਦੇਖ ਹੀ ਲਈਆਂ ਨੇ ਨਿਸ਼ਾਨ ਬਾਕੀ ਆਪਣੀ ਤਿੱਪਣ ਦੀ ਵੀਰ ਪੂਰੀ ਤਸੱਲੀ ਹੈ ਜੀ ਵਿੱਚ ਤਿੱਪਣ ਦੀ ਪੂਰੀ ਤਸੱਲੀ ਹੋਊਗੀ ਆਪਣੀ ਠੀਕ ਆ ਵੀਰ ਅਤੇ ਕੀ ਲੈਣੇ ਦੇਣੇ ਕੀ ਕਰਦੇ ਆ ਮੁੱਲ ਕੀ ਰਹੂਗਾ ਇਹਦਾ ਵੀਰ ਜੀ 53,000 ਮੁੱਲ ਕਰਦੇ ਹਾਂ 53 ਠੀਕ ਆ ਭਰਾ ਅਤੇ ਲਾਸਟ ਇਹ ਦੇ ਦਾਂਗੇ ਆਪਾਂ 51,000 ਦੀ ਵਸੀ ਛੱਡ ਦਾਂਗੇ 51 ਦੀ ਹਾਂਜੀ ਠੀਕ ਹੈ ਜੀ ਲਓ ਦੋਸਤੋ 51,000 ਦੀ ਇਹ ਲਾਸਟ ਵੀਰਾਂ ਦਾ ਵੀ ਦੇ ਦਿਆਂਗੇ ਆਪਾਂ 53,000 ਡਿਮਾਂਡ ਠੀਕ ਹੈ ਜੀ ਅਤੇ 51,000 ਹਾਂ ਨਾਲ ਲੈਣ ਦੇਣ ਇਸ ਤੋਂ ਬਾਅਦ ਇੱਕ ਹੋਰ ਵਸੀ ਤੁਹਾਨੂੰ ਦਿਖਾਉਣੀ ਆ ਤੀਸਰੇ ਨੰਬਰ 'ਤੇ ਆ ਗਈ ਆ ਠੀਕ ਆ ਕਰੋਸ ਬਣ ਦੇ ਵਿੱਚ ਆ ਇਹ ਜਿਹੜੀ ਵੈੜ ਦੋਸਤੋ ਆਪਾਂ ਤੁਹਾਨੂੰ ਦਿਖਾਉਣੀ ਹੈ ਤਿਆਰੀ 'ਤੇ ਆ ਹੋ ਸਕਦਾ ਵੀ 2-4 ਦਿਨ 2 ਦਿਨ ਕੱਢ ਵੀ ਜਾਵੇ ਹੋ ਸਕਦਾ ਵੀ ਕੋਈ ਸਫ਼ਰ 'ਚ ਠੀਕ ਆ ਪੈਂਡੇ ਦੇ ਵਿੱਚ ਸੂ ਵੀ ਪਵੇ ਜਾਂਦੇ ਆ
ਤੇ ਨਿਸ਼ਾਨ ਵੈਸੇ ਕੀ ਇਹਦੀ ਡਿਟੇਲ ਮਿਲੀ ਆਪਾਂ ਨੂੰ? ਇਹਦੀ ਵੀਰ ਜੀ ਪਹਿਲੇ ਸੂਏ ਵੱਛੀ ਹੈ ਜੀ ਇਹ। ਹਾਂਜੀ ਹਾਂਜੀ, ਪਹਿਲਾ ਸੂਆ ਸੂਣਾ ਇਹਨੇ ਆਪਣੇ ਕੋਲ ਆ ਕੇ ਤੇ ਚੰਗੀ ਬਰੀਡ ਹੈ ਵੀਰੇ। ਤੇ ਬਾਕੀ ਇਹਨੂੰ ਬਲੈਡਰ ਬਲੂਡਰ ਜਿਹੜਾ 18-19 ਕਿਲੋ ਵਾਲਾ ਲੱਗਾ। ਹਾਂਜੀ, ਤੇ ਥਣ ਭਾਂਡਾ ਵੀ ਚੰਗਾ ਵੀਰ ਜੀ ਇਹਦਾ। ਤੇ ਚੌਗੀ ਆ ਵੀਰੇ ਮੂੰਹੋਂ ਵੀ, ਚਾਰ ਦੰਦ। ਹਾਂਜੀ ਚਾਰ ਦੰਦ, ਪੱਕੇ ਚਾਰ ਦੰਦ, ਪੱਕੇ ਚਾਰ ਦੰਦ ਵੀਰੇ। ਠੀਕ ਹੈ, ਪੁੱਟ ਕੇ ਵਿਖਾ ਦਾਂਗੇ ਆਪਾਂ ਵੀਡੀਓ ਦੇ ਵਿੱਚ, ਉਹ ਕੋਈ ਚੱਕਰ ਨਹੀਂ। ਲਓ ਦੋਸਤੋ, ਚੌਗੀ ਚਾਰ ਦੰਦ ਵੱਛੀ, ਪਲੂਣ ਪਹਿਲਾ ਸੂਆ ਵੱਛੀ ਨੇ ਸੂਣਾ। ਤੇ ਦਿਨ ਤਕਰੀਬਨ ਆਲਮੋਸਟ ਕੰਪਲੀਟ ਹੀ ਆ। ਬਾਕੀ ਥਣ ਚੱਡੇ ਦੀ ਜਿੱਦਾਂ ਗੱਲ ਕੀਤੀ ਆ ਵੀਰ ਨੇ ਵੀ ਕੋਈ 17-18 ਕਿਲੋਆਂ ਵਾਲਾ ਜਿਹੜਾ ਵਿਖਾਲਾ ਹੈ। ਬਾਕੀ ਦੁੱਧ ਦੋਸਤੋ ਚੰਗਾ ਆਪਾਂ ਲੈ ਸਕਦੇ ਹਾਂ ਇਸ ਬੈਡ ਤੋਂ ਵੀ। ਬਾਕੀ ਅੱਗੇ ਸੇਵਾ ਦਾ, ਬਾਕੀ ਨਖੇੜ ਤੁਹਾਨੂੰ ਦਿਖਾਉਣੇ ਆ, ਨਖੇੜ ਬਹੁਤ ਸੋਹਣਾ। ਆਹ ਲਓ, ਥਣ 'ਚ ਬਹੁਤ ਵਿਰਲੇ ਵੀਰ ਜੀ। ਆਹ ਲਓ ਜੀ, ਠੀਕ ਹੈ। ਸੋ ਬਿਲਕੁਲ ਗੁਲਾਬੀ ਅਡਰ ਆ ਅਤੇ ਬਿਲਕੁਲ ਮੁੱਠੀ ਹੱਥੀ ਚ ਬਾਈ ਜਿਹੜਾ ਥਣ, ਅਤੇ ਚਾਰੇ ਥਣਾਂ ਦੀ ਸਪੇਸ ਸਪੂਸ ਕਾਫੀ ਸੋਹਣੀ ਆ। ਠੀਕ ਹੈ ਜੀ, ਕੋਈ ਇਹ ਨਹੀਂ ਹੈਗਾ ਵੀ ਬਿਲਕੁਲ ਨਾਲ ਨਾਲ ਜੋੜਾ ਥਣ, ਵੰਡ ਵੁੰਡ ਕਾਫੀ ਸੋਹਣੀ ਆ ਆਪਸੀ ਥਣਾਂ ਦੀ। ਠੀਕ ਹੈ, ਖੋਲ ਵੀਰ, ਅਤੇ ਲਿਆਓ ਜੀ ਖੋਲ ਕੇ ਵੀ ਦਿਖਾ ਦੇਈਏ। ਅਤੇ ਕੱਦ ਮੀਡੀਅਮ ਕੋਈ ਵੀਰ ਮੰਨ ਕੇ ਸੌਦਾ ਕਰ ਲਏ, ਵੇਲ ਵੂਲ ਸੋਹਣੀ ਆ, ਕੱਦ ਮੀਡੀਅਮ ਆ, ਬਰਾਊਨ ਜਿਹਾ ਕਲਰ ਆ, ਵਾਈਟ ਬਰਾਊਨ ਦਾ ਕੰਬੀਨੇਸ਼ਨ ਜਿਹਾ ਹੈਗਾ, ਹਵਾਨਾ ਲੇਵਾ ਜਿਹੜਾ ਵਾਈਟ ਆ। ਹਾਂ, ਖਿਲਾਰ ਲੈ। ਬਾਕੀ ਦੁੱਧ ਦੋਸਤੋ ਸੋਹਣਾ ਭਰਨ ਦੀ ਉਮੀਦ ਹੈਗੀ ਆ। ਵੈਸੇ ਸੋਹਣਾ ਵੱਛੀ ਨੇ ਪਹਿਲਾ ਸੂਆ ਹੀ ਆ, ਅਤੇ ਆਪਦੇ ਵਜੂਦ ਨਾਲੋਂ ਜਿਹੜੀ ਆ ਦੋਸਤੋ ਜ਼ਿਆਦਾ ਬਣੀ ਥਣੀ ਪਈ ਆ ਕਰਮਾਂ ਵਾਲੀ। ਆਹ ਦੇਖੋ ਬੈਕ ਸਾਈਡ ਤੋਂ, ਆਹ ਲਓ, ਕਾਫੀ ਖੂਬਸੂਰਤ ਕਮਾਲ ਦਾ ਆਰਡਰ। ਲਿਆਓ ਵੀਰ ਜੀ, ਕਮਾਲ ਲਿਆਓ, ਕਮਾਲ ਲੰਮੀ ਕਰ ਦਿਓ ਵੀਰ ਜੀ, ਇੱਕ ਤੋਰ ਦਿਓ ਲੰਮੀ। ਆਹ ਲਓ, ਹਾਂ ਇੱਕ ਵਾਰੀ ਫੇਰ ਲੈ ਜਾਈਏ, ਲੈ ਜਾਓ ਲੈ ਜਾਓ। ਲਓ ਜੀ, ਠੀਕ ਆ। ਸੋ ਪਸ਼ੂ ਜਿਹੜੇ ਦੋਸਤੋ ਅੱਜ ਆਪਾਂ ਦਿਖਾਇਆ ਤੁਹਾਨੂੰ ਕਾਫੀ ਖੂਬਸੂਰਤ ਨੇ, ਸਫਾਈਆਂ ਸਫਾਈਆਂ ਪੂਰੀਆਂ ਨੇ, ਠੀਕ ਆ। ਬਾਕੀ ਉਹ ਹਿਸਾਬ ਨਾਲ ਤੁਹਾਨੂੰ ਪਤਾ ਹੀ ਹੈ ਵੀ ਦੋਸਤੋ ਬਾਜ਼ਾਰ ਦੇ ਹਿਸਾਬ ਨਾਲ ਹੀ ਕੋਈ ਰੇਟ ਮੰਗਿਆ ਜਾਂਦਾ। ਜਿੰਨੀ ਕੁ ਸਫਾਈ ਵਾਲੀ ਚੀਜ਼ ਆਪਾਂ ਲੈਂਦੇ ਹਾਂ ਉਹਨਾਂ ਨਾਲ ਰੇਟ ਕਿਤੇ ਨਾ ਕਿਤੇ, ਜਿੰਨਾ ਗੁੜ ਪਾਈ ਉਨਾ ਮਿੱਠਾ, ਉਹ ਗੱਲਬਾਤ ਆ, ਠੀਕ ਆ। ਅਤੇ ਬਾਕੀ ਕਿਸੇ ਤਰ੍ਹਾਂ ਦੀ ਯਾਨੀ ਕਿਸੇ ਵੀ ਤਰ੍ਹਾਂ ਦੀ ਆਪਾਂ ਕਹਿ ਲਈਏ ਬੈਕਟਰਾ ਫੂਡ ਸ਼ਾਂਗ ਨਹੀਂ ਹੈਗੀ, ਬਿਲਕੁਲ ਸਾਫ਼ ਸੁਥਰਾ ਚੱਡਾ। ਭਲਪੁਲ ਵੀਰ ਜੀ ਥੋੜ੍ਹੀ ਜਿਹੀ ਹੈਗੀ ਆ ਪਹਿਲਾਂ ਕਰਕੇ ਨਾ, ਭਾਲ ਹੈਗੀ ਥੋੜ੍ਹੀ ਜਿਹੀ, ਦਰਮਿਆਨੀ ਥੋੜ੍ਹੀ ਬਹੁਤੀ ਨਜ਼ਰ ਆਉਂਦੀ ਹੋਵੇ ਅਤੇ ਆਉਂਦੀ ਹੋਵੇ, ਨਹੀਂ ਤਾਂ ਜਿੰਨਾ ਵੀ ਚਲੋ ਨਿਗਰੀ ਆਪਾਂ ਕਹਿ ਲੈਂਦੇ ਹਾਂ। ਬਾਕੀ ਧੁੰਨ ਤੁਹਾਨੂੰ ਤੋਂ ਵੀ ਬਿਲਕੁਲ, ਹਾਂਜੀ ਓਕੇ ਆ, ਧੁੰਨ ਤੁਹਾਨੂੰ ਨਹੀਂ ਭਾਲੇਗੀ, ਮਗਰਲੇ ਥਣ ਨੂੰ ਹੀ ਹੋਊਗੀ, ਥੋੜ੍ਹਾ ਜਿਹਾ ਵੀ ਨਿੱਕਾ ਰੱਖਦੀ ਤਾਂ ਕਰਕੇ ਲੱਗਦਾ ਵੀ ਭਾਲ ਕਰਕੇ ਹੀ, ਬਾਕੀ ਥਣ ਪੂਰਾ ਮੁੱਠੀ 'ਚ ਆਉਣ ਵਾਲਾ ਵੀਰੇ। ਠੀਕ ਆ, ਠੀਕ ਆ, ਹਾਂਜੀ, ਕੋਈ ਸ਼ੱਕ ਨਹੀਂ ਪਈ, ਨਿਸ਼ਾਨ ਸਿਹਤ ਚੰਗੀ ਆ। ਹਾਂਜੀ ਹਾਂਜੀ, ਚੰਗੀ। ਅਤੇ ਇਹਦਾ ਮੁੱਲ ਕੀ ਕਰਦੇ ਲੈਣ? ਇਹਦਾ ਵੀਰ ਜੀ 63,000 ਮੁੱਲ ਕਰਦੇ ਹਾਂ ਆਪਾਂ ਲੈਣ ਦੇ ਨਾਲ। 63,000 ਅਤੇ ਵਿੱਚੋਂ ਕੋਈ ਮਾਣ ਤੁਹਾਨੂੰ ਮੌਕੇ ਕਰ ਦਾਂਗੇ ਮਾਣ ਵੀਰੇ, ਜ਼ਰੂਰ ਦੇ ਦਾਂਗੇ, 61,000 ਦੀ ਦੇ ਦਾਂਗੇ ਲਾਸਟ ਵਛੀ ਹਾਂ ਆਈ। ਠੀਕ ਹੈ, ਹਾਂਜੀ, ਲਓ ਵੀ ਭਰਾਵੋ 61,000 ਦੀ ਇਹ ਵੱਛੀ ਹੋ ਲਾਸਟ ਹੋਵੇਗੀ। ਅਤੇ ਰੇਟ ਤਕਰੀਬਨ ਦੀ ਜੇਕਰ ਆਪਾਂ ਗੱਲ ਕਰ ਲਈਏ ਤਾਂ 51,000 ਤੋਂ ਲੈ ਕੇ ਕੋਈ 65,000 ਤੱਕ ਅੱਜ ਜਿਹੜਾ ਸੌਦਾ ਵੀਰ ਹੋਣਾ ਦੇ ਕੋਲ ਅਵੇਲੇਬਲ ਨੇ, ਕੋਈ 62,000 ਦੀ, ਕੋਈ 63 ਦੀ, 61,000 ਦੀ। ਇਸੇ ਤਰ੍ਹਾਂ ਕੋਈ ਵੀਰ ਜਿਹੜਾ ਵੀ ਐਨੀਮਲ ਤੁਹਾਨੂੰ ਪਸੰਦ ਆਊਗਾ ਉਹਦੀ ਵਿਸ਼ੇਸ਼ ਤੌਰ 'ਤੇ ਤੁਸੀਂ ਗੱਲਬਾਤ ਕਰ ਲਿਓ। ਅਤੇ ਨਿਸ਼ਾਨ ਨੰਬਰ ਬੋਲ ਦਈਏ ਵੀਰ ਆਪਣੇ, ਨੰਬਰ ਵੀਰ ਜੀ 84,376,16,99,680,68,035। ਠੀਕ ਹੈ ਜੀ, ਹਾਂਜੀ, ਦੋਨੋਂ ਨੰਬਰ ਕੋਲ ਹੀ ਆਪਣੇ, ਹੈ ਨਾ? ਹਾਂਜੀ, ਠੀਕ ਹੈ। ਲਓ ਵੀ ਦੋਸਤੋ, ਇਹ ਅਸੀਂ ਅੱਜ ਪਸ਼ੂ ਵੀਰ ਨਿਸ਼ਾਨ ਹੋਵਾਂ ਦੇ ਕੋਲ, ਪਿੰਡ ਮਾਣੇ ਤੁਸੀਂ ਵਿਜਿਟ ਕਰਨੀ ਆ, ਠੀਕ ਹੈ ਜੀ। ਅਤੇ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।